ਹਾਂਜੀ ਦੋਸਤੋ ਆ ਖਬਰ ਇੱਕ ਚੱਲਣ ਦੀ ਸਵੇਰ ਤੋਂ ਇਹ ਸਾਡੇ ਲੱਗੇ ਹੀ ਪਿੰਡ ਵਾ ਮੁਛਲ ਉਹ ਪਿੰਡ ਦੀ ਖਬਰ ਆ ਤੇ ਇਹਦੇ ਵਿੱਚ ਜਿਹੜਾ ਵਾ ਇੱਕ ਕੁੜੀ ਬਾਹਰ ਕਿਸੇ ਮੁੰਡੇ ਨੂੰ ਮਿਲ ਕੇ ਆਉਂਦੀ ਆ ਤੇ ਘਰ ਆਉਣ ਤੇ ਜਿਹੜਾ ਵਾ ਉਹਦਾ ਪਿਓ ਉਹਨੂੰ ਕਤਲ ਕਰਕੇ ਤੇ ਮੋਟਰਸਾਈਕਲ ਪਿੱਛੇ ਬੰਨ ਕੇ ਜਿਹੜਾ ਵਾ ਪਿੰਡ ਦੇ ਵਿੱਚ ਸੜਕ ਤੇ ਧੂ ਕੇ ਖੜਦਾ ਰਿਹਾ ਜਾ ਕੇ ਫਿਰ ਜਿਹੜਾ ਉੱਥੇ ਰੇਲ ਫੜ ਕੇ ਤੇ ਸੁੱਟ ਦਿੰਦਾ ਉਹਨੂੰ ਤੇ ਸੋ ਇਹਦੇ ਵਿੱਚ ਜੇ ਗਾ ਵੇਖਿਆ ਜਾਵੇ ਤੇ ਕੋਈ ਵੀ ਪਿਓ ਮੇਰੇ ਹਿਸਾਬ ਨਾਲ ਨਹੀਂ ਚਾਹੁੰਦਾ ਜਿੰਨੇ ਇੰਨਾ ਪਾਲ ਪੋਸ ਕੇ ਧੀ ਨੂੰ ਐਡਾ ਵੱਡਾ ਕੀਤਾ ਉਹ ਨਹੀਂ ਚਾਹੁੰਦਾ ਕਿ ਉਹ ਐਦਾਂ ਕਰੇ ਤਾਂ ਨਾ ਕੋਈ ਕਰ ਹੀ ਸਕਦਾ ਪਰ ਕਈ ਵਾਰੀ ਬੱਚੇ ਇੰਨਾ ਜ਼ਿਆਦਾ ਮਜਬੂਰ ਕਰ ਦਿੰਦੇ ਆ ਬੱਚੇ ਇਹੋ ਜਿਹੇ ੜੀਆਂ ਗਲਤੀਆਂ ਕਰ ਦਿੰਦੇ ਆ ਕਿ ਮੇਰੇ ਹਿਸਾਬ ਨਾਲ ਜਿਹੜਾ ਮਾਂ ਪਿਓ ਨੂੰ ਇਹੋ ਜੇ ਕਦਮ ਚੁੱਕਣੇ ਪੈ ਜਾਂਦੇ ਆ ਤੇ ਸੋ ਮੇਰੀ ਰਿਕਵੈਸਟ ਆ ਹਨਾ ਬੱਚਿਆਂ ਨੂੰ ਵੀ ਸੋਚਣਾ ਚਾਹੀਦਾ ਵਾ ਕੁਝ ਇਹੋ ਜਿਆ ਕਰਨ ਤੋਂ 100 ਵਾਰ ਪਹਿਲਾਂ ਸੋਚਣਾ ਚਾਹੀਦਾ ਆਪਣੇ ਮਾਂ ਪਿਓ ਬਾਰੇ ਜਿਨ੍ਹਾਂ ਨੇ ਪਾਲ ਪੋਸ ਕੇ ਇੰਨੇ ਵੱਡੇ ਕੀਤਾ ਇਸ ਲਾਇਕ ਕੀਤਾ ਹਨਾ ਕਿ ਇਹਨੇ ਆਜ਼ਾਦੀ ਦਿੱਤੀ ਆ ਆਪਾਂ ਨੂੰ ਕਿ ਆਪਾਂ ਬਾਹਰ ਜਾ ਕੇ ਘੁੰਮ ਫਿਰ ਸਕੀਏ ਜਾ ਸਕੀਏ ਤੇ ਜੇ ਆਪੋ ਆਜ਼ਾਦੀ ਦਾ ਨਾਜਾਇਜ਼ ਫਾਇਦਾ ਚੁੱਕ ਕੇ ਉਹਨਾਂ ਦੀ ਉਹਨਾਂ ਦੀ ਜਿਹੜਾ ਵਾ ਇੱਜ਼ਤ ਰੋਲਣ ਲੱਗ ਜਾਗੇ ਤੇ ਫਿਰ ਮਜਬੂਰਨ ਮਜਬੂਰੀ ਚ ਆ ਕੇ ਮੇਰੇ ਹਿਸਾਬ ਨਾਲ ਨਾ ਇਹੋ ਜਿਹਾ ਕੋਈ ਵੀ ਕਦਮ ਚੁੱਕਿਆ ਜਾਂਦਾ ਵਾ ਨੀ ਤੇ ਕੋਈ ਵੀ ਮਾਂ ਪਿਓ ਕੋਈ ਵੀ ਪਿਓ ਮੇਰੇ ਹਿਸਾਬ ਨਾਲ ਇਹਦਾ ਦਾ ਸੋਚ ਵੀ ਨਹੀਂ ਸਕਦਾ ਇਹੋ ਜਿਹਾ ਕੰਮ ਕਰਨ ਬਾਰੇ ਸੋ ਤੁਹਾਡੇ ਦੇ ਬਾਰੇ ਕੀ ਵਿਚਾਰ ਆ ਜਰੂਰ ਦੱਸੋ